ਖੇਡ ਮੰਦਰ ਵੱਡੀਆਂ ਜ਼ਿੰਮੇਵਾਰੀਆਂ ਨੇ ਵੱਡੇ ਮਾਨ ਸਨਮਾਨ ਦਿੱਤੇ ਜਾ ਰਹੇ ਹੈ ਰਾਣਾ ਮੇਰਾ ਵੀਰ ਪਹੁੰਚੇ ਨੇ ਰਵਿੰਦਰ ਰਵੀ ਮੇਰਾ ਭਰਾ ਐਸੇ ਤੇ ਸ਼੍ਰੀ ਚੈਨ ਸਿੰਘ ਥਾਪੜ ਜੀ ਤੇ ਨਾਲ ਮੇਰਾ ਭਰਾ ਦਿਨੇਸ਼ ਮੈਡੀਕਲ ਨਾਲ ਬਿੰਦੂ ਦੇ ਨਾਲ ਫੌਜੀ ਤੇ ਨਾਲ ਸਾਡੇ ਪ੍ਰਧਾਨ ਸਾਹਿਬ ਨੂੰ ਵੱਡਾ ਮਾਨ ਸਨਮਾਨ ਪੰਜਾਬੀ ਮਾਂ ਬੋਲਣ ਦਾ ਕਰਦੇ ਨੇ ਮੈਂ ਸਾਡਾ ਸਾਰੇ ਰੇੜੀ ਰਹਾਂਗਾ ਰਵਿੰਦਰ ਰਵੀ ਚਲਦੀ ਹੋਈ ਸਰਦਾਰੀ ਹੈ ਭਰਾਵਾਂ ਦੀ ਚਲਦੀ ਹੋਈ ਜਵਾਨੀ ਹੈ ਸਰਦਾਰੀ ਭਰਾਵਾਂ ਦੀ ਬਹੁਤ ਬਹੁਤ ਧੰਨਵਾਦ ਨਾਲ ਸੰਜੂ ਮੇਰੇ ਭਰਾ ਦਾ ਜਿਹਨਾਂ ਦੇ ਵੱਡੇ ਯੋਗਦਾਨ ਅੱਜ ਦੇ ਖੇਡ ਮੇਲੇ ਨੂੰ ਸਫਲ ਬਣਾਉਣ ਦੇ ਵਾਸਤੇ ਕੁਸ਼ਤੀ ਬਰਾਬਰ ਹੈ ਹੁਣ ਸੰਜੂ ਬਾਈ ਦੱਸੋ ਕੀ ਫੈਸਲਾ ਕਰਨਾ ਪੁਆਇੰਟਾਂ ਦਾ ਕਰਵਾ ਦਈਏ ਪੁਆਇੰਟ ਠੀਕ ਹੈ ਜੀ ਹੁਣ 5 ਮਿੰਟ ਦੇ ਵਿੱਚ ਜਿਹੜਾ ਪਹਿਲਾ ਪੁਆਇੰਟ ਲੈ ਗਿਆ ਉਹ ਪਹਿਲਵਾਨ ਜੇਤੂ ਹੈ ਠੀਕ ਹੈ ਜੀ ਦਰਸ਼ਕ ਵੀਰੋ ਠੀਕ ਹੈ ਹਾਂਜੀ ਉਹ ਮਿੰਟਾਂ ਦੀ ਕੋਈ ਗੱਲ ਨਹੀਂ ਮਿੰਟ ਪੁਆਇੰਟਾਂ ਦੀ ਗੱਲ ਹੈ ਨਾ 5 ਮਿੰਟ ਪਹਿਲਾਂ ਜਿਹੜਾ 5 ਮਿੰਟਾਂ 'ਚ ਜਿਹੜਾ ਜ਼ਿਆਦਾ ਪੁਆਇੰਟ ਲੈ ਗਿਆ ਉਹ ਜੇਤੂ ਇੱਕ ਪੁਆਇੰਟ ਵਾਲੀ ਗੱਲ ਹੀ ਖਤਮ ਨਹੀਂ 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 5 ਮਿੰਟ 'ਚ ਜਿਹੜਾ 3 ਪੁਆਇੰਟ ਲੈ ਗਿਆ ਉਹ ਜੇਤੂ ਗੱਲ ਖਤਮ ਮੈਟ ਦੇ ਰੂਲ ਪਰ ਚੱਲਣਾ ਚਲੋ ਹੁਣ ਸਿੰਗਲ ਨਹੀਂ ਹੋਣਾ ਪੁਆਇੰਟ 3 ਪੁਆਇੰਟ ਜਿਹਦੇ ਉਹ ਜਿੱਤੂ ਇਹ ਅੱਜ ਰਾਤ ਰਹਿ ਗਏ ਪੁਆਇੰਟ ਲੈਂਦੇ ਕਿੰਨੀ ਪਾਸੇ ਤੋਂ ਜ਼ੋਰ ਲਾਉਣਾ ਹੀ ਪੈਣਾ ਕਿਉਂ ਹੋ ਗਈ ਪ੍ਰਧਾਨ ਜੀ ਠੀਕ ਹੈ 5 ਮਿੰਟ ਜਿਹੜਾ 3 ਪੁਆਇੰਟ ਲੈ ਜਾਏ ਉਹ ਜਿੱਤੂ ਜ਼ੋਰ ਤਾਂ ਲਾਓ ਕਿਸੇ ਪਾਸੇ ਤੋਂ ਲੱਗਣਾ ਹੀ ਹੈ ਇਹ ਪੁਆਇੰਟ ਗਿਣੀ ਵੀ ਜਾਇਓ ਦੱਸ ਵੀ ਜਾਇਓ ਵੀ ਇੰਨੇ ਪੁਆਇੰਟ ਹੋ ਗਏ ਹੈ ਹੋਰ ਇਹਨਾਂ ਗੋਡੇ ਲੱਗਦੇ ਰਹਿਣ ਤੇ ਤੁਸੀਂ ਕਹੋ ਮਾਰੇ ਦੇ ਪੁਆਇੰਟ ਕੋਈ ਵੀ ਨਹੀਂ ਹੋਇਆ ਫੌਜੀ ਵੀਰ ਭਰਾ ਦਾ ਬਹੁਤ ਬਹੁਤ ਧੰਨਵਾਦ ਵੱਡੇ ਮਾਨ ਸਨਮਾਨ ਕਰਦੇ ਨੇ ਮੈਂ ਸਾਰੀ ਕਮੇਟੀ ਦਾ ਰੇੜੀ ਰਹਾਂਗਾ ਖਾਸ ਤੌਰ ਤੇ ਗੁੱਠਿਆਲਾ ਜਸਵਾਲਾ ਨਗਰ ਦਾ ਜਿਸਦਾ ਵੱਡਾ ਯੋਗਦਾਨ ਅੱਜ ਦੇ ਖੇਡ ਮੇਲੇ ਦੀ ਕਾਮਯਾਬੀ ਦੇ ਵਾਸਤੇ ਪੰਜਾਬੀ ਲਾਈਵ ਟੀਵੀ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਵੱਡੇ ਸਹਿਯੋਗ ਨੇ ਅੱਜ ਦੇ ਖੇਡ ਮੇਲੇ ਦੀ ਕਾਮਯਾਬੀ ਦੇ ਵਾਸਤੇ ਆਉਣ ਵਾਲੀ 3 ਤਰੀਕ ਨੂੰ ਜਾਨਵਰ ਬਿਜਲੀ ਗਰਾਊਂਡ ਵਿਖੇ ਬਹੁਤ ਵੱਡਾ ਸ਼ਿੰਗ ਮੇਲਾ ਕਰਵਾਇਆ ਜਾ ਰਿਹਾ ਰਾਜ ਕੁਮਾਰ ਗੁਪਤਾ ਚੇਅਰਮੈਨ ਸਾਹਿਬ ਉਹਨਾਂ ਨੂੰ ਪਿਆਰ ਨਾਲ ਸੱਦੇ ਨੇ ਸਾਰੀ ਸਮੂਹ ਸੰਗਤ ਨੂੰ ਜੱਗ ਵਾਲਾ ਮੇਲਾ ਯਾਰੋ ਥੋੜ੍ਹੀ ਦੇਰ ਦਾ
ਹੱਸਦੇ ਆ ਰਾਤ ਲੰਘੇ ਪਤਾ ਨਹੀਂ ਸਵੇਰ ਦਾ ਹੱਸਦੇ ਆ ਰਾਤ ਲੰਘੇ ਪਤਾ ਨਹੀਂ ਸਵੇਰ ਦਾ ਮੁਬਾਰਕਾਂ ਯਾਰ ਤੁਹਾਡੇ ਪੂਰੇ ਨਗਰ ਨੂੰ ਪੂਰੇ ਪਿੰਡ ਨੂੰ ਕਿ ਕੋਈ ਕਸਰ ਨਹੀਂ ਛੱਡੀ ਜਿਹੜੇ ਲੋਕ ਬਾਹਰਲੇ ਦੇਸ਼ਾਂ ਵਿੱਚ ਉਹ ਲਾਈਵ ਰਾਹੀਂ ਦੇਖਣਗੇ ਹੈਲੋ ਬਰਾਬਰ ਹੀ ਛਡਾ ਦਿਓ ਪ੍ਰਿੰਸ ਭਾਜੀ ਜੇ ਬਰਾਬਰ ਨਹੀਂ ਛਡਾਉਂਦੇ ਰੱਖ ਲਓ ਦਸ ਦਸ ਪੁਆਇੰਟ ਜੇ ਪੰਜ ਮਿੰਟ ਦੇ ਵਿੱਚ ਹੈਪੀ ਭਾਜੀ ਜਿਹੜਾ ਪਹਿਲਾਂ